ਸਤਿ ਸ੍ਰੀ ਅਕਾਲ ਭਰਾਓ, ਤੁਹਾਡਾ ਭਰਾ ਦਵਿੰਦਰ ਸਿੰਘ ਬੀਲਾ ਨਾਲ ਮੇਰੀ ਫਾਊਂਡੇਸ਼ਨ ਦੇ ਪ੍ਰਧਾਨ ਦਵਿੰਦਰ ਫਾਊਂਡੇਸ਼ਨ ਦੇ ਸਰਦਾਰ ਹਰਮਨਜੀਤ ਸਿੰਘ ਬਾਜਵਾ। ਅੱਜ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ, ਭਗਵੰਤ ਮਾਨ ਜਿਹੜਾ ਦੋਗਲਾ ਬੰਦਾ, ਮੇਰੇ ਖਿਆਲ ਚ ਮੈਨੂੰ ਦੱਸਣ ਦੀ ਲੋੜ ਨਹੀਂ, ਹਨਾ, ਆਈ ਡੋਂਟ ਥਿੰਕ ਆਈ ਹੈਵ ਟੂ ਟੈਲ ਐਵਰੀਬਾਡੀ ਦੈਟ ਵਟ ਹੀ ਹੈਜ਼ ਡਨ ਟੂ ਦਾ ਪੰਜਾਬ, ਹਨਾ, ਵਟ ਹੀ ਹੈਜ਼ ਡਨ ਟੂ ਦਾ ਇਨਕਲਾਬ ਲਹਿਰ। ਉਹਨੇ ਇਨਕਲਾਬ ਦੀ ਲਹਿਰ ਨੂੰ ਕੀ ਕੀਤਾ, ਸਾਰੀ ਉਹਨੇ ਖੁੰਝੇ ਲਾ ਤੇ ਸਾਰੇ। ਸੋ ਇਹ ਇੱਕ ਨਾ ਸੈਲਫ ਸੈਂਟਰਡ ਮੈਨ ਹੈ, ਇਹ ਖੁਦਗਰਜ਼ ਬੰਦਾ ਹੈ। ਔਰ ਇਹ ਬੰਦੇ ਨੇ, ਮੈਂ ਤੁਹਾਨੂੰ ਇਹ ਨੋਟ ਕਰਿਓ, ਸਤੰਬਰ 13, 2020 ਪਿਛਲੇ ਸਾਲ ਲਾਕਡਾਊਨ ਦੇ ਜਦੋਂ ਹਲੇ ਖੁੱਲਣਾ ਸ਼ੁਰੂ ਹੋਇਆ ਸੀਗਾ, ਉਦੋਂ ਜਿਹੜਾ ਆਪਣਾ ਐਸੈਂਸ਼ਲ ਕਮੋਡਿਟੀਜ਼ ਸੀਗਾ, ਜ਼ਰੂਰੀ ਵਸਤਾਂ, ਉਹਦੇ ਵਿੱਚ ਜਿਹੜੀ ਕਮੇਟੀ ਬਣੀ ਸੀ, ਉਹਦੇ ਵਿੱਚ ਇਹਨੇ ਸਾਈਨ ਕਰੇ ਨੇ ਕਿ ਹਾਂ ਇਹਨੂੰ ਲਾਗੂ ਕਰੋ। ਸੋ ਇਹ ਕੇਜਰੀਵਾਲ ਬਣ ਗਿਆ ਉਹ ਗਿਰਗਿਟ, ਜੋ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਆ ਕਿ ਪੰਜਾਬ ਆ ਕੇ ਕੁਛ ਕਹਿੰਦੇ, ਹਰਿਆਣੇ ਜਾ ਕੇ ਕੁਛ ਕਹਿੰਦੇ, ਦਿੱਲੀ ਜਾ ਕੇ ਕੁਛ ਕਹਿੰਦੇ। ਜਿੱਦਾਂ ਕੇਜਰੀਵਾਲ ਕਹਿੰਦਾ ਪੰਜਾਬ ਕਾ ਪਾਣੀ ਪੰਜਾਬ ਕੋ ਚਾਹੀਏ, ਔਰ ਹਰਿਆਣੇ ਚ ਕਹਿੰਦਾ ਹਰਿਆਣੇ ਕੋ ਵੀ ਪਾਣੀ ਚਾਹੀਏ, ਦਿੱਲੀ ਚ ਜਾ ਕੇ ਕਹਿੰਦਾ ਦਿੱਲੀ ਔਰ ਹਰਿਆਣਾ ਕਾ ਹੱਕ ਹੈ ਪਾਣੀ ਪੇ। ਸੋ ਇਹ ਸਾਰੇ ਦੇ ਆਰ ਦਾ ਸੇਮ, ਐਵਰੀਬਡੀ ਦੇ ਆਰ ਬਿਹਾਇੰਡ ਕੇਜਰੀਵਾਲ, ਵਟ ਐਵਰ ਗਿਵਨ ਦਮ ਦਾ ਏਜੰਡਾ ਦੇ ਆਲ ਫੋਲੋ, ਹਨਾ। ਪਰ ਇੱਕੋ ਇੱਕ ਪਾਰਟੀ ਹੈ, ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ। ਔਰ ਅੱਜ ਜਿੰਨੀ ਮਿਹਨਤ ਗਰਾਊਂਡ ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕਰ ਰਹੇ ਨੇ, ਔਰ ਕੋਈ ਨਹੀਂ ਕਰ ਰਿਹਾ, ਸਾਰੇ ਉਹ ਬਹਾਨੇ ਲਾ ਕੇ ਬੈਠੇ ਨੇ। ਸੋ ਮੈਂ ਹੁਣ ਤੁਹਾਨੂੰ ਆ ਲੇਟਲੀ ਤੁਸੀਂ ਦੇਖਿਆ ਹੋਣਾ 2 ਦਿਨ ਪਹਿਲਾਂ ਕਿ ਭਗਵੰਤ ਮਾਨ ਤੇ ਇਹ ਢੀਂਡਸਾ ਇਹ ਇਕੱਠੇ ਹੋਣ ਫਿਰਦੇ, ਸਾਰੇ ਜਿੰਨੇ ਚੱਲੇ ਹੋਏ ਕਾਰਤੂਸ ਨੇ, ਇਹਨਾਂ ਦੀ 26% ਵੋਟ ਸ਼ੇਅਰ ਸੀਗਾ 2017 ਦੇ ਵਿਚ, ਐਂਡ ਨਾਓ ਦੇ ਹੈਵ ਡਰੋਪ ਡਾਊਨ ਟੂ 7% 2019 ਦੇ ਵਿਚ, ਇਹ ਡਰੋਪ ਕਰਕੇ 2019 ਚ 7% ਤੇ, ਐਂਡ ਦੈਨ ਹੁਣ ਇਹਨਾਂ ਕੋਲ 1% ਹੈ, ਉਹ ਇਹਨਾਂ ਦੇ ਉਹ ਜਿਹੜੇ ਉਹ ਮੂਹਰੇ ਰੱਖੇ ਨਾ ਪੇਡ ਵਰਕਰਸ, ਇਹਨਾਂ ਦੀਆਂ ਭੇਡਾਂ ਕਹਿ ਲਓ, ਵਟ ਐਵਰ ਯੂ ਵਾਂਟ ਟੂ ਨੇਮ ਦੈਮ, ਮੈਂ ਇਹਨਾਂ ਤੇ ਜ਼ਿਆਦਾ ਫੋਕਸ ਨਹੀਂ ਕਰਨਾ ਚਾਹੁੰਦਾ, ਦੈਟ ਇਜ਼ ਵਟ ਦੇ ਆਰ। ਸੋ ਭਰਾਓ ਤੁਸੀਂ ਡਿਸਾਈਡ ਕਰਨਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੀ ਨੁਮਾਇੰਦਗੀ ਕੀਤੀ ਹੈ ਪੰਜਾਬ ਦੀ, ਅੱਜ ਇੱਥੇ ਤੱਕ ਪਹੁੰਚਿਆ ਤਾਂ ਤੁਹਾਡੀ ਆਪਣੀ ਪਾਰਟੀ ਕੋਈ ਖੇਤਰੀ ਪਾਰਟੀ ਉਹਦੇ ਕਰਕੇ ਪਹੁੰਚਿਆ। ਸੋ ਇਹਨਾਂ ਨੂੰ ਸਿਰੇ ਤੋਂ ਕਰਨਾ ਤੇ ਬੋਰਡ ਲੱਗਣਗੇ। ਇਹ ਭਗਵੰਤ ਸਿੰਘ ਮਾਨ ਦੇ ਸਿੰਘ ਤਾਂ ਐਵੇਂ ਨਾਂ ਦੇ ਲਾਉਣ ਦੇ ਕਾਬਲ ਨੇ, ਜਿਹੜਾ ਬੰਦਾ ਆਪਣੀ ਮਾਂ ਦੀ ਸੌਂਖ ਹਜੇ ਝੂਠੀ ਕਿ ਮੈਂ ਸ਼ਰਾਬ ਛੱਡਦੀ, ਔਰ ਕਿੱਡੀ ਬਦਕਿਸਮਤੀ ਹੈ ਸਾਡੀ ਕਿ ਸਾਨੂੰ ਇਹ ਜਿਹਾ ਬੰਦਾ ਸਾਡੇ ਤੇ ਅਸੀਂ ਦੁਬਾਰਾ ਥੋਪ ਲਿਆ, ਜਿਹੜਾ ਇੱਕ ਰੈਲੀ ਕਰਕੇ ਕਹਿ ਰਿਹਾ ਕਿ ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਸੌਂਹ ਖਾ ਰਿਹਾ, ਇਹ ਜਿਹੇ ਲੀਡਰ ਹੋਏ ਆ। ਕਦੇ ਭਗਤ ਸਿੰਘ ਦੇ ਪਿੰਡ ਜਾ ਕੇ ਖੜਖੜ ਕਰਾਂ, ਉਹਦੀ ਮਿੱਟੀ ਚੱਕ ਕੇ ਕਹਿਣਾ ਕਿ ਉਹਦੀ ਸੋਚ ਤੇ ਪਹਿਰਾ ਦੇਵਾਂਗਾ, ਨੌਜਵਾਨ ਨੂੰ ਹੁੱਕਾ ਦੇਵਾਂਗਾ, ਉਹ ਡਲਾ ਤੋਂ ਡਲਾ ਹੁੰਦਾ ਹੈ, ਪਤਾ ਨਹੀਂ ਕਿਧਰ ਸੇ ਚਲਾ ਹੁੰਦਾ, ਡਲੇ ਮਰਵਾਉਣ ਵਾਲੇ, ਸ਼ਰਾਬ ਕਰਨ ਵਾਲੇ, ਔਰ ਫੰਡਾਂ ਦਾ ਹਿਸਾਬ ਲਿਆ ਜਾਏਗਾ। ਇਹ ਚੋਰ ਜਿਹੜੇ ਲੁਟੇਰੇ ਇਕੱਠੇ ਹੋਏ ਆ, ਇਹਨਾਂ ਨੇ ਇੰਨਾ ਫੰਡ ਇਕੱਠਾ ਕੀਤਾ ਕੇਜਰੀਵਾਲ ਨੇ ਦਿੱਲੀ ਚ, ਜਿੰਨੇ NRI ਦੇ ਫੰਡ ਸੀਗੇ, ਔਰ ਭਗਵੰਤ ਮਾਨ ਨੇ ਰੈਲੀਆਂ ਕਰਕੇ ਕੈਨੇਡਾ ਚ, ਔਰ ਜਿੰਨੇ ਇਹਨਾਂ ਦੇ MLA ਜਿਹੜੇ ਜਿੱਤੇ ਨੇ 18-20 ਜਿੱਤੇ ਆ, ਉਹ ਵਿੱਚੋਂ ਖਿੰਡ ਖੁੰਡੀ ਹੁੰਦਾ 5-7 ਕਿੱਧਰ ਨੂੰ ਹੈ, 4 ਕੁਧਰ ਨੂੰ ਹੈ, ਇਹ ਸਾਰਾ ਹਿਸਾਬ ਲਿਆ ਜਾਏਗਾ। ਸੋ ਭਰਾਓ ਇਹਦੇ ਬੋਰਡ ਲੱਗਣਗੇ ਕਿ ਭਗਵੰਤ ਮਾਨ ਦਾ ਦੋਗਲਾਪਨ ਜਿਹੜਾ ਕਿਰਦਾਰ ਹੈ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਇਹ ਬੋਰਡ ਲਾਊਗਾ ਦਵਿੰਦਰ ਸਿੰਘ ਬੀਲਾ, ਜੇ ਇਹਦੇ ਚ ਹਿੰਮਤ ਹੈ ਤਾਂ ਰੋਕ ਕੇ ਦਿਖਾਵੇ, ਜੇ ਅਪਰੂਵ ਕਰੇ ਕਿ ਮੈਂ ਸਾਈਨ ਉਹ ਕਮੇਟੀ ਦੇ ਵਿੱਚ ਨਹੀਂ ਕਰੇ ਸੀਗੇ, ਇਹ ਜਿਹੜੇ ਸਾਡੇ ਕਿਸਾਨ ਮਾਰੂ ਬਿੱਲ ਸੀਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।